ਬੀਤੀ ਦੇਰ ਰਾਤ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਕੋਟ ਰਜਾਦਾ ਵਿਖੇ ਕਰੀਬ 9 ਸਾਲ ਦੇ ਮਾਸੂਮ ਬੱਚੇ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੇ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚੇ ਕਰਨਜੋਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਬੱਚੇ ਦੀ ਮਾਂ ਰਾਜਵੀਰ ਕੌਰ ਨੇ ਉਸ ਦੀ ਮਤਰੇਈ ਮਾਂ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਪਿਛਲੇ 6 ਸਾਲਾਂ ਤੋਂ ਉਸ ਦੇ ਪੁੱਤਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਉਸ ਦੀ ਮਤਰੇਈ ਮਾਂ ਵੱਲੋਂ ਹੀ ਬੱਚੇ ਨੂੰ ਮਾਰਿਆ ਗਿਆ ਏ। ਜਦੋਂ ਕਿ ਮ੍ਰਿਤਕ ਦੇ ਪਿਤਾ ਅਨੁਸਾਰ ਰਾਤ 12 ਵਜੇ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਘਰੋਂ ਬੱਚਾ ਗਾਇਬ ਸੀ ਅਤੇ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਮਿਲੀ। ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਇਹਨਾਂ ਨੇ ਮਾਰਿਆ ਔਰ ਬੱਚੇ ਨੂੰ ਕੀ ਹੋਣਾ ਸੀ? ਏਡਾ ਬੱਚਾ ਪਾਲਣ ਡਿਆ ਪਲਿਆ, ਬੱਚਾ 8-9 ਸਾਲ ਹੋ ਗਏ, ਕੋਈ ਗੱਲ ਨੀ, ਹੋਰ ਬੱਚੇ ਨੂੰ ਕੀ ਹੋ ਜਾਣਾ ਸੀ? ਇਹਦੇ ਬੱਚੇ ਲੱਗ ਗਏ ਪਏ, ਇਹੋ ਹੀ ਬੱਚੇ ਦੇ ਜ਼ਿਆਦਾ ਇਹਨਾਂ ਨੇ ਕਰਨਾ ਸੀ। ਹਾਂਜੀ, ਇਹਦੇ ਵੀ 2 ਮੁੰਡੇ ਲੱਗ ਗਏ ਪਏ, ਲੱਗ ਗਏ ਇਹਨੂੰ ਪਾਇਆ ਆਪ ਕੰਜਰ ਅੰਦਰ ਵੜੇ, ਦਾਦੀ ਨੂੰ ਫੁੱਲ ਘੱਲਿਆ, ਇਹਨਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਬਸ ਉਹਨਾਂ ਦਾ ਕਦਾ ਕੰਮ ਕਰ ਦਿੱਤਾ। ਕਰਨਜੋਤ ਸਿੰਘ ਜਿਹਦੀ ਨਾ 9 ਸਾਲ ਦੀ ਉਮਰ ਸੀ, ਲਾਗੇ ਹੋਰ ਵੀ ਬੱਚੇ ਬਾਹਰ ਬਰਾਂਡੇ ਦੇ ਵਿੱਚ ਸੁੱਤੇ ਪਏ, ਉਹਨੂੰ ਕਿਸੇ ਨੇ ਮਾਰ ਕੇ ਅਤੇ ਲਿਜਾ ਕੇ ਅਤੇ ਬਾਹਰ ਘਰ ਤੋਂ ਬਾਹਰ ਦੇ ਨਜ਼ਦੀਕ ਧੁੱਸੀ ਦੇ ਨਜ਼ਦੀਕ ਕਰੀਬ 30 ਮੀਟਰ ਦੇ ਨਜ਼ਦੀਕ ਨੂੰ ਸਾਈਡ ਦੇ ਉੱਤੇ ਸਵਾਹ ਜੀ ਦੇ ਵਿੱਚ ਉਹਨੂੰ ਸੁੱਟ ਦਿੱਤਾ ਸੀ। ਉਹ ਫਿਰ ਰਾਤ ਇਹਨਾਂ ਨੇ ਪਿੰਡਿਆਂ ਨੇ ਉਹਨੂੰ ਲੱਭ ਕੇ ਅਤੇ ਉਹਨੂੰ ਆਪਣਾ ਵਾਪਸ ਘਰ ਲੈ ਆਉਂਦਾ ਸੀ। ਉਹਦੀ ਲਾਸ਼ ਮਿਲੀ ਹੈ, ਉਹਦੇ ਲਈ ਅਜੇ ਮੌਤ ਦਾ ਪੋਸਟਮਾਰਟਮ ਲਈ ਲਾਸ਼ ਭੇਜ ਦਿੱਤੀ ਹੈ। ਮੌਤ ਦਾ ਇਹ ਸਪਸ਼ਟ ਕਾਰਨ ਜਿਹੜਾ ਵਾ ਉਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।